ਅੱਡੇ ਵੀ ਖੜਿਆ ਆਏ ਇੱਥੇ, ਪੈਸੇ 1.5 ਲੱਖ ਰੁਪਈਆ ਉਹਨਾਂ ਲੈ ਲਿਆ। ਅੱਛਾ ਜੀ, ਫਿਰ ਉਹ ਨਹੀਂ ਉਹ ਤਾਂ ਠੀਕ ਹੋਈ, ਖਰਚਾ ਠੀਕ ਹੋਣ ਤਾਂ ਉਹ ਲੱਗ ਜਾਣਾ 3.5-4 ਲੱਖ ਰੁਪਈਆ। ਬਸ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਚਲੋ ਇਹ ਤੁਰ ਫਿਰ ਲਵੇ, ਆਪਣਾ ਨਾ ਤੁਰੂਗੀ ਤਾਂ ਫਿਰ ਹੀ ਸਕੂਲ ਜਾਵੇਗੀ। ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ, ਸਾਡਾ ਧੀ ਵੀ ਇਹ ਆ ਅਤੇ ਪੁੱਤ ਵੀ ਇਹੀ ਆ, ਬਸ ਇਹਨੂੰ ਪਰਮਾਤਮਾ ਠੀਕ ਕਰ ਦੇ। ਤਰਨ ਤਾਰਨ ਦੇ ਫੋਕਲ ਪੁਆਇੰਟ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ। ਤਾਂ ਦੋਸਤੋ, ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਕਿ ਬੇਹੱਦ ਭਾਵੁਕ ਤਸਵੀਰਾਂ ਲੈ ਕੇ ਆਇਆ। ਦੋਸਤੋ, ਇਹ ਛੋਟੀ ਬੱਚੀ ਹੈ ਜਿਸਦੀ ਉਮਰ ਜਿਹੜੀ ਆ ਹਾਲੇ ਬਹੁਤ ਛੋਟੀ ਉਮਰ ਹੈ, ਅਤੇ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਹੈ ਇਸ ਬੱਚੀ ਨੂੰ ਕਿ ਇਸਦਾ ਇਲਾਜ ਹੋਣਾ, ਕਿਉਂਕਿ ਜਿਹੜੀ ਰੀੜ੍ਹ ਦੀ ਹੱਡੀ ਹੈ ਇਸ ਛੋਟੀ ਬੱਚੀ ਦੀ ਠੀਕ ਨਹੀਂ। ਅਤੇ ਪਿਤਾ ਅਤੇ ਮਾਤਾ ਪਿਛਲੇ 1.5 ਸਾਲ ਤੋਂ ਆਪਣਾ ਜਿਸ ਘਰ ਦੇ ਵਿੱਚ ਦੋਸਤੋ ਅਸੀਂ ਇਸ ਵੇਲੇ ਖੜ੍ਹੇ ਹਾਂ ਨਾ, ਇਹ ਵੀ ਮਕਾਨ ਜਿਹੜਾ ਹੈ ਇਹ ਗਹਿਣੇ ਪਾ ਕੇ ਜਿਹੜਾ ਇਸ ਬੱਚੀ ਛੋਟੀ ਬੱਚੀ ਦਾ ਇਲਾਜ ਕਰਾ ਰਹੇ, ਜਿਸ ਦਾ ਨਾਮ ਹੈ ਸ਼ੁਭਦੀਪ ਕੌਰ। ਜੀ ਹਾਂ ਦੋਸਤੋ, ਇੱਕ ਬੱਚਾ ਸੀਗਾ ਇਹਨਾਂ ਦਾ, ਉਸਦੀ 2010 ਦੇ ਵਿੱਚ ਮੌਤ ਹੋ ਜਾਂਦੀ ਹੈ। ਤਾਂ ਮਾਤਾ ਪਿਤਾ ਦੇ ਕੋਲ ਹੁਣ ਇੱਕ ਇਹੀ ਬੱਚੀ ਹੈ, ਔਰ ਉਸਦਾ ਵੀ ਜਿਹੜਾ ਹੈ ਉਹ ਛੱਲੀ ਪੂਣੀ ਵੇਚ ਕੇ ਇਲਾਜ ਕਰਨ ਦੇ ਵਿੱਚ ਲੱਗੇ ਹੋਏ ਨੇ। ਜੀ ਹਾਂ, ਜਿਸ ਘਰ ਦੇ ਵਿੱਚ ਅਸੀਂ ਖੜ੍ਹੇ ਹਾਂ ਇਹ ਘਰ ਵੀ ਜਿਹੜਾ ਹੈ ਇਹ ਗਹਿਣੇ ਦਿੱਤਾ ਹੋਇਆ, ਅਤੇ ਆਹ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਇਸ ਵੇਲੇ ਖੜ੍ਹੇ ਹਾਂ। ਅਤੇ ਭੁੱਲ ਕੇ ਵੀ ਵੀਡੀਓ ਨੂੰ ਸਕਿੱਪ ਨਾ ਕਰਿਓ, ਕਿਉਂਕਿ ਇੱਕ ਨੰਨੀ ਬੱਚੀ ਦੀ ਜਾਨ ਬਚ ਸਕਦੀ ਹੈ, ਇੱਕ ਨੰਨੀ ਬੱਚੀ ਦਾ ਇਲਾਜ ਹੋ ਸਕਦਾ, ਅਤੇ ਉਹ ਆਪਣੇ ਪੈਰਾਂ 'ਤੇ ਚੱਲ ਫਿਰ ਸਕਦੀ ਆ। ਉਹ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ। ਭਾਅ ਜੀ, ਕੀ ਨਾਮ ਤੁਹਾਡਾ ਅਤੇ ਕਿਹੜਾ ਇਹ ਪਿੰਡ ਹੈ ਜੀ? ਸੁਖਦੇਵ ਸਿੰਘ ਨਾਂ ਜੀ ਆਪਣਾ। ਅੱਛਾ ਜੀ, ਕਿੱਥੇ ਰਹਿੰਦੇ ਹੋ ਤੁਸੀਂ? ਫੋਗਲ ਪਿੰਡ। ਇਹ ਕੀ ਗੱਲਬਾਤ ਹੋਈ ਹੈ ਬੱਚੀ ਨੂੰ, ਇਹ ਸਾਰਾ ਦੱਸਿਓ ਜੀ। ਸਾਲ ਦੀ ਜਦੋਂ ਫਿਰ ਤੁਰਦੀ ਨਹੀਂ, ਬੋਲਦੀ ਵੀ ਨਹੀਂ, ਬਹੁਤ ਕਮਜ਼ੋਰ ਹੀ ਜ਼ਿਆਦਾ। ਅੱਛਾ ਜੀ, ਸਾਨੂੰ ਪਤਾ ਲੱਗਿਆ ਡਾਕਟਰਾਂ ਨੂੰ ਲੈ ਗਏ ਜੀ, ਪੱਟੀ ਵੀ ਖੜਿਆ ਆਏ ਇੱਥੇ, ਪੈਸੇ 1.5 ਲੱਖ ਰੁਪਈਆ ਉਹਨਾਂ ਲੈ ਲਿਆ। ਅੱਛਾ ਜੀ, ਫਿਰ ਉਹ ਨਹੀਂ ਉਹ ਤਾਂ ਠੀਕ ਹੋਈ ਜੀ, ਅਤੇ ਫਿਰ ਕਰਨ ਦੀ ਡਾਕਟਰ ਗੁਰੂ ਰਾਮਦਾਸ ਉੱਥੇ ਵੀ ਖੜਿਆ ਜੀ, ਉੱਥੋਂ ਵੀ ਚਲ ਪੈਸੇ ਪੂਸੇ ਲੱਗੇ 70-80 ਹਜ਼ਾਰ ਉਹਨਾਂ ਨੇ ਲਿਆ, ਚੁੱਕ ਚੁੱਕ ਪੈਸੇ ਤਾਂ ਲਾਉਂਦੇ ਰਹੇ, ਕਮੇਟੀ ਚੁੱਕ ਚੁੱਕ, ਅਤੇ ਕੰਮ ਵੀ ਸਾਰਾ ਡਾਊਨ ਹੋ ਗਿਆ ਸਾਰਾ ਜੀ। ਕੰਮ ਕਾਹਦਾ ਕਰਦੇ? ਕੰਮ ਪੈਂਚਰ ਲਾਈ ਦੇ ਸਾਈਕਲਾਂ ਨੂੰ। ਸਾਈਕਲਾਂ ਨੂੰ ਪੈਂਚਰ? ਹਾਂਜੀ ਹਾਂਜੀ, ਸਾਈਕਲਾਂ ਕੰਮ ਹੀ ਬਸ ਹੋਇਆ ਭੈਣ, ਡਾਊਨ ਹੋਇਆ। ਅੱਛਾ ਜੀ, ਅਤੇ ਉੱਥੋਂ ਹੀ ਲਾ, ਫਿਰ ਉਹ ਨਹੀਂ ਚੱਲਿਆ, ਉਹ ਨਹੀਂ ਮੁੜ ਕੇ ਫਿਰ ਉੱਥੇ ਖੜਿਆ ਬੱਲੇ ਜੀ। ਅੱਛਾ ਜੀ, ਐਮਰੀ ਕੋਈ ਸਿਰ ਦੀ ਉਹ ਵੀ ਠੀਕ ਆ ਜੀ, ਠੀਕ ਹੈ, ਉੱਥੋਂ ਨਹੀਂ ਫਰਕ ਪਿਆ ਸਾਨੂੰ। ਅੱਛਾ ਜੀ, ਤਾਂ ਹੁਣ ਆਪਣਾ ਲਿਆ ਇੱਥੇ ਖੜਿਆ ਲੁਧਿਆਣੇ। ਅੱਛਾ ਜੀ, ਉਹ ਤੋਂ ਕੁਛ ਮਹੀਨੇ ਪਿਛਲਾ ਫਰਕ ਪੈਣ ਲੱਗਾ। ਹਾਂਜੀ, ਤਾਂ ਖਰਚਾ ਵਾਹਵਾ ਜ਼ਿਆਦਾ ਉੱਥੇ ਦੱਸਦੇ ਆ। ਅੱਛਾ ਜੀ, ਕਿੰਨਾ ਕੁ ਖਰਚਾ ਜਿਹੜਾ ਡਾਕਟਰਾਂ ਵੱਲੋਂ ਦੱਸਿਆ ਗਿਆ ਜੀ? ਖਰਚਾ ਠੀਕ ਹੋਣ ਤਾਂ ਲੱਗ ਜਾਣਾ 3.5-4 ਲੱਖ ਰੁਪਈਆ। ਅੱਛਾ, 3.5-4 ਲੱਖ, ਹਾਂ ਕਹਿੰਦੇ ਠੀਕ ਹੋ ਜਾਊਗੀ। ਤਾਂ ਦੋਸਤੋ, ਤੁਸੀਂ ਵੇਖ ਸਕਦੇ ਕਿ ਪਿਤਾ ਜੀ ਨੇ ਦੱਸਿਆ ਹੈ ਬੱਚੀ ਦੇ ਨੇ ਕਿ ਜੇਕਰ ਇਹ ਛੋਟੀ ਬੱਚੀ ਜਿਸਦਾ ਨਾਮ ਸ਼ੁਭਦੀਪ ਕੌਰ ਹੈ, ਉਸ ਨੂੰ ਠੀਕ ਹੋਣ ਵਾਸਤੇ ਘੱਟ ਤੋਂ ਘੱਟ 3.5-4 ਲੱਖ ਰੁਪਏ ਦੀ ਲੋੜ ਹੈ। ਅਤੇ ਜਿੰਨੇ ਵੀ ਦਰਸ਼ਕ ਜੁੜੇ ਨੇ, NRI ਭਰਾ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਉਹ ਕਿਸੇ ਦੀ ਮਦਦ ਕਰਨ 'ਤੇ ਆ ਜਾਣ ਤਾਂ ਵਾਕਈ ਉਹ ਕੋਈ ਵੀ ਐਸੀ ਜਗ੍ਹਾ ਨਹੀਂ ਛੱਡਦੇ ਕਿ ਜਿੱਥੇ ਉਹ ਮਦਦ ਨਾ ਕਰਨ। ਤਾਂ ਦੋਸਤੋ, ਇਹ ਲੋੜਵੰਦ ਵੀਡੀਓ ਹੈ, ਅਸਲ ਲੋੜਵੰਦ ਦੇ ਅਸੀਂ ਘਰ ਪਹੁੰਚੇ ਹਾਂ ਕਿ ਇਹ ਮਕਾਨ ਵੀ ਜਿਹੜਾ ਹੈ ਉਹ ਇਸ ਵੇਲੇ ਗਹਿਣੇ ਪਿਆ ਹੈ। ਭੈਣਾਂ, ਤੁਹਾਡਾ ਕੀ ਨਾਮ ਹੈ? ਰੁਪਿੰਦਰ ਕੌਰ ਮੇਰਾ ਨਾਮ। ਬੜਾ ਛੋਟੀ ਬੱਚੀ ਹੈ, ਜਦੋਂ ਚੱਲਦੀ ਫਿਰਦੀ ਨਹੀਂ ਹੈ, ਮਨ ਨੂੰ ਦੁੱਖ ਵੀ ਹੁੰਦਾ ਹੋਣਾ, ਕੀ ਇਲਾਜ ਵਾਸਤੇ ਕੀ ਮਦਦ ਵਾਸਤੇ ਸਹਾਇਤਾ ਜਿਹੜੀ ਮੰਗਦੇ ਤੁਸੀਂ? ਬਸ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਚਲੋ ਇਹ ਤੁਰ ਫਿਰ ਲਵੇ, ਆਪਣਾ ਨਾ ਤੁਰੂਗੀ ਤਾਂ ਫਿਰ ਹੀ ਸਕੂਲ ਜਾਵੇਗੀ, ਅਤੇ ਸਕੂਲ ਪਾਉਣ ਤੋਂ ਵੀ ਅਸੀਂ ਵੇਖਣ ਡੇ ਹਾਂ ਕਿ ਚਲੋ ਸਕੂਲ ਲੇਟ ਹੋਣਦੇ ਹੀ, ਅਤੇ ਵੈਸੇ ਵੀ ਬਹੁਤ ਤੰਗੀ ਪਰੇਸ਼ਾਨੀ ਆਉਂਦੀ, ਮੈਂ ਆਪ ਵੀ ਨਹੀਂ ਠੀਕ ਰਹਿੰਦੀ, ਅਤੇ ਇਸ ਕਰਕੇ ਅਸੀਂ ਆਹਨੇ ਕਿ ਠੀਕ ਹੋ ਜਾਵੇ ਇਹ, ਚੱਲ
ਤੇ ਉਹਦੇ ਕਰਕੇ ਪੈਸੇ ਵੀ ਚਾਹੀਦੇ ਪਰ ਪੈਸੇ ਸਾਡੇ ਕੋਲ ਇੰਨੇ ਹੈ ਨਹੀਂ ਆ। ਇਹਦੀ ਉਮਰ ਇਸ ਟਾਈਮ 4.5 ਸਾਲ ਦੀ। ਅੱਛਾ ਜੀ, ਤੇ ਕਿੰਨੀ ਉਮਰ ਸੀ ਜਦੋਂ ਤੋਂ ਇਹ, ਤੁਸੀਂ ਬਚਪਨ ਤੋਂ ਹੀ ਇਹ ਪ੍ਰੋਬਲਮ ਹੈ? ਹਾਂਜੀ, ਹੈ ਤੇ ਬਚਪਨ ਤੋਂ ਹੀ ਆ, ਪਰ ਜਦੋਂ ਸਾਲ ਦੀ ਹੋ ਗਈ ਸੀ ਨਾ ਤੇ ਫਿਰ ਸਾਰੇ ਕਹਿਣ ਲੱਗ ਗਏ ਕਿ ਇਹ ਤੁਰਦੀ ਨਹੀਂ ਤੁਰਦੀ ਨਹੀਂ ਤੇ ਇਹਨੂੰ ਦਿਖਾਓ ਕਿਸੇ ਕੋਲ। ਫਿਰ ਅਸੀਂ ਇਹਨੂੰ ਡਾਕਟਰ ਦੇ ਕੋਲ ਲੈ ਕੇ ਗਏ ਤੇ ਉੱਥੇ ਵੀ ਇਹਦਾ 1.5 ਸਾਲ ਇਹਦਾ ਇਲਾਜ ਚੱਲਦਾ ਰਿਹਾ ਪਰ ਫਰਕ ਨਹੀਂ ਪਿਆ, ਤੁਰੀ ਨਹੀਂ। ਫਿਰ ਉਸ ਤੋਂ ਬਾਅਦ 'ਚ ਇਹਨੂੰ ਅਸੀਂ ਗੁਰੂ ਰਾਮਦਾਸ ਹੋਸਪਿਟਲ ਲੈ ਕੇ ਗਏ, ਉੱਥੇ ਵੀ 1.5 ਸਾਲ ਇਹਨੂੰ ਦਵਾਈ ਖਵਾਈ ਪਰ ਨਹੀਂ ਫਰਕ ਪਿਆ। ਹੁਣ ਜਿੱਥੇ ਜਾਂਦੇ ਲੁਧਿਆਣੇ ਤੇ ਉੱਥੇ ਥੋੜ੍ਹਾ ਫਰਕ ਆ, ਬੈੱਡ ਨਾਲ ਤੁਰਨ ਲੱਗ ਪਈ ਪਰ ਹਜੇ ਆਪਣੇ ਆਪ ਨਹੀਂ ਤੁਰਦੀ। ਤੇ ਆ ਰੀੜ ਦੀ ਹੱਡੀ 'ਚ ਇਹਦੇ ਬਣਾਵਟ ਜਿਹੜੀ ਉਹ ਖਰਾਬ ਆ, ਉਹ ਡਾਕਟਰਾਂ ਨੇ ਦੱਸਿਆ। ਰੀੜ ਦੀ ਹੱਡੀ ਦੀ ਬਣਾਵਟ ਖਰਾਬ ਹੈ? ਹਾਂਜੀ। ਤੇ ਕਿੰਨਾ ਖਰਚਾ ਜਿਹੜਾ ਉਹ ਕਹਿੰਦੇ ਨੇ ਵੀ ਲੱਗ ਜਾਣਾ? ਡਾਕਟਰ ਬਸ ਇਹ ਕਹਿੰਦੇ 3-3.5 ਲੱਖ ਦੇ ਵਿੱਚ ਹੋ ਜਾਏਗੀ, ਠੀਕ ਹੋ ਜਾਏਗੀ ਬੱਚੀ। ਬਸ ਇਹ ਆ ਵੀ ਥੋੜ੍ਹਾ ਇਹਦਾ ਟ੍ਰੀਟਮੈਂਟ ਚੱਲੂਗਾ। ਤੁਸੀਂ ਭੈਣੇ ਇਹ ਜਿਹੜਾ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਡੇ ਕੇ ਰਿਸ਼ਤੇਦਾਰ ਨੇ ਬਾਹਣੀ ਫੜੀ? ਰਿਸ਼ਤੇਦਾਰ ਸਾਰੇ ਉਹੋ ਜਿਹੇ ਸਾਰੇ, ਮਤਲਬ ਕਿ ਇੱਕ ਵੱਡੀ ਭੈਣ ਮੇਰੀ, ਉਹਦੀ ਪੋਤਰੀ 'ਤੇ ਬਹੁਤ ਪੈਸੇ ਲੱਗੇ, ਉਹ 'ਤੇ ਵੀ 1,500,000 ਰੁਪਇਆ। ਫਿਰ ਤੁਹਾਨੂੰ ਪਤਾ ਵੀ ਉਹ ਵੀ ਆਪਣੇ ਘਰ ਦੇ ਵਿੱਚ ਮਸਾਂ ਗੁਜ਼ਾਰਾ ਕਰਦੇ ਸਾਰੀਆਂ ਭੈਣਾਂ, ਅਤੇ ਇਹਨਾਂ ਦੇ ਭਰਾ ਵੀ ਉਹੋ ਜਿਹੀ ਆ, ਅਤੇ ਨਹੀਂ ਕੋਈ, ਸਾਰੇ ਰਿਸ਼ਤੇਦਾਰ ਉਹੋ ਜਿਹੀ ਆ। ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਭੈਣੇ? ਘਰ ਦਾ ਗੁਜ਼ਾਰਾ ਇੱਦਾਂ ਵੇਖ ਲਓ, ਮੈਂ ਸਿਲਾਈ ਕਰਦੀ ਹਾਂ, ਥੋੜ੍ਹਾ ਚਲੋ ਇਹ ਵੀ ਲਿਆਉਂਦੇ ਅਤੇ ਥੋੜ੍ਹੇ ਸਿਲਾਈ ਕਰਦੀ ਹਾਂ, ਅਤੇ ਹਾਂਜੀ ਬਸ ਘਰ ਦਾ ਗੁਜ਼ਾਰਾ ਚਲੋ ਮਾੜਾ ਮੋਟਾ ਹੁੰਦਾ ਜਾਂਦਾ, ਪਰ ਦਵਾਈਆਂ ਬੂਟੀਆਂ ਵਾਸਤੇ ਜਾ। ਹਾਂਜੀ ਹਾਂਜੀ, ਮਕਾਨ ਵੀ ਗਹਿਣੇ ਆ ਅਤੇ ਉਹ ਹੁਣ ਪੈਸੇ ਮੰਗਦੇ ਜਿਹਨਾਂ ਕੋਲ, ਅਤੇ ਹਾਂਜੀ ਮਕਾਨ ਗਹਿਣੇ ਸਾਡਾ ਜੀ ਸਾਰਾ ਜੀ। ਸਿਆਣਾ ਬੰਦਾ ਹੈਗਾ ਨੀ ਤੇ ਪੁੱਠਾ ਕੇਸ ਕਰਨਾ, ਫਿਰ ਉਹ ਰਿਮੋਟ ਹੋ ਗਈ ਅੰਦਰ ਹੀ ਮਰ ਗਿਆ। ਇਕੱਲੀ ਬੱਚੀ, ਇਕੱਲੀ ਇੱਕੋ ਕੁੜੀ। ਭੈਣਾਂ ਇਹੀ ਅਰਦਾਸ ਪਰਮਾਤਮਾ ਦੇ ਚਰਨਾਂ 'ਚ ਵੀ ਕਰਦੇ ਹੋਗੇ ਕਿ ਹੁਣ ਸਾਡੇ ਕੋਲ ਇੱਕ ਬੱਚੀ ਹੈ ਇਕੱਲੀ, ਅਤੇ ਵਾਹਿਗੁਰੂ ਇਹਨੂੰ ਤੰਦਰੁਸਤੀ ਦੇਵੇ। ਹਾਂਜੀ, ਬਸ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ, ਸਾਡਾ ਧੀ ਵੀ ਇਹ ਆ ਅਤੇ ਪੁੱਤ ਵੀ ਇਹ ਹੀ, ਬਸ ਇਹਨੂੰ ਪਰਮਾਤਮਾ ਠੀਕ ਕਰ ਦੇਵੇ। ਹਾਂ ਦੋਸਤੋ, ਤੁਸੀਂ ਵੇਖ ਸਕਦੇ ਕਿ ਪਰਿਵਾਰ ਨੇ ਦੱਸਿਆ ਹੈ ਕਿ 2010 ਦੇ ਵਿੱਚ ਜਿਹੜਾ ਬੱਚਾ ਜਿਹੜਾ ਸੀਗਾ ਉਹ ਪੈਦਾ ਹੁੰਦੇ ਸਾਰ ਹੀ ਜਿਹੜਾ ਪੂਰਾ ਹੋ ਜਾਂਦਾ, ਅਤੇ ਇੱਕ ਬੱਚੀ ਹੈ ਉਹੀ ਸਾਡੀ ਕਹਿੰਦੇ ਧੀ ਹੈ ਅਤੇ ਉਹੀ ਸਾਡਾ ਪੋਤ ਹੈ। ਤਾਂ ਉਸਦੇ ਇਲਾਜ ਵਾਸਤੇ ਜੇਕਰ ਜਿੱਥੋਂ ਤੱਕ ਵੀ ਵੀਡੀਓ ਪਹੁੰਚਦੀ, ਜੇਕਰ ਤੁਸੀਂ ਦੋਸਤੋ ਫਾਈਨੈਂਸ਼ੀਅਲ ਕਿਸੇ ਪ੍ਰਕਾਰ ਦੀ ਕੋਈ ਮਦਦ ਨਹੀਂ ਕਰ ਸਕਦੇ, ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਦਾਨੀ ਸੱਜਣਾਂ ਦੇ ਤੱਕ ਵੀਡੀਓ ਪਹੁੰਚ ਸਕੇ ਅਤੇ ਇਸ ਗਰੀਬ ਪਰਿਵਾਰ ਦਾ ਜਿਹੜਾ ਉਹ ਭਲਾ ਹੋ ਸਕੇ, ਤਾਂ ਇਸ ਗਰੀਬ ਪਰਿਵਾਰ ਦੀ ਜਿਹੜੀ ਆ ਉਹ ਮਦਦ ਹੋ ਸਕੇ। ਭਾਅ ਜੀ ਮੈਂ ਚਾਹਾਂਗਾ ਆਪਣਾ ਨੰਬਰ ਬੋਲ ਕੇ ਦੱਸ ਦਿਓ ਤਾਂ ਜੋ ਜਿਹਨੇ ਸੰਪਰਕ ਕਰਨਾ ਹੋਵੇ, ਜਿਹਨੇ ਸੰਪਰਕ ਕਰਨਾ ਹੋਵੇ ਭੈਣਾਂ, ਉਹ ਤੁਹਾਡੇ ਨਾਲ ਸੰਪਰਕ ਕਰਕੇ ਜਿਹੜਾ ਤੁਹਾਡੀ ਮਦਦ ਕਰ ਸਕੇ। ਹਾਂਜੀ, ਇਹਨਾਂ ਦਾ ਨੰਬਰ ਹੈਗਾ ਵਾ 9876810076। ਇੱਕ ਵਾਰ ਫਿਰ ਬੋਲ ਦਿਓ, 9876810076। ਤਾਂ ਦੋਸਤੋ ਤੁਸੀਂ ਤਸਵੀਰਾਂ ਦੇ ਵਿੱਚ ਆ ਮਾਸੂਮ ਚਿਹਰਾ ਵੇਖ ਰਹੇ ਹੋਗੇ, ਤਾਂ ਮੈਂ ਇਹੋ ਸਾਰੇ ਦਾਨੀ ਸੱਜਣਾਂ ਨੂੰ, ਦਾਨੀ ਭਰਾਵਾਂ ਨੂੰ ਕਹਿਣਾ ਚਾਹਾਂਗਾ ਕਿ ਜੇਕਰ ਇਸ ਪਰਿਵਾਰ ਦੀ ਤੁਸੀਂ ਸਹਾਇਤਾ ਕਰ ਦਿਓ ਤਾਂ ਛੋਟੀ ਬੱਚੀ ਜਿਹੜੀ ਹੈ ਆਪਣੇ ਪੈਰਾਂ 'ਤੇ ਚੱਲਣ ਲਈ ਜਿਹੜੀ ਹੈ
ਉਹ ਠੀਕ ਹੋ ਜਾਵੇਗੀ ਅਤੇ ਪੈਰਾਂ 'ਤੇ ਚੱਲੇਗੀ। ਜੇਕਰ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓਗੇ ਅਤੇ ਹੈਲਪ ਵੀ ਮਦਦ ਵੀ ਵੇਖ ਕੇ ਜ਼ਰੂਰ ਕਰਿਓ। ਨੰਬਰ ਉਹਨਾਂ ਨੇ ਬੋਲ ਦਿੱਤਾ ਹੈ, ਖਾਤਾ ਨੰਬਰ ਸਕਰੀਨ 'ਤੇ ਤੁਸੀਂ ਵੇਖ ਰਹੇ ਹੋ, ਅਤੇ ਬਣੇ ਰਹੋ ਸਾਡੇ ਨਾਲ, ਅਸੀਂ ਹਰ ਕਵਰੇਜ ਵੀ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ, ਗ੍ਰੇਟ ਪੰਜਾਬ ਟੀਵੀ, ਤਰਨਤਾਰਨ।